ਦਾ ਖਿਆਲ ਹੈ ਜੀ ਅਗਰ ਅਸੀਂ ਮਤਲਬ ਹੈ ਸਭ ਕੁਝ ਛੱਡ ਕੇ ਨਾ ਤੇ ਪੁਲਿਸ ਜੀ ਕੇ ਕਾਰ ਨਾਲ ਮਸਲਾ ਆਉਂਗਾ ਵੀ ਮੁਲਜ਼ਮ ਕੌਣ ਨਹੀਂ ਬਣੇਗਾ ਲਾਜ਼ਮੀ ਗੱਲ ਹੈ ਤੇ ਅਸੀਂ ਕੋਈ ਮਦਦ ਨਾਲ ਨਹੀਂ ਇੱਕ ਹਾਲ ਜਿਸਨੇ ਵਧੀਆ ਬਣਾ ਲਈਏ ਜਿੱਥੇ ਚਲੋ ਉਹਨਾਂ ਦੇ ਵੀ ਕੰਮ ਆਏਗਾ ਜਿੱਥੇ ਵੀ ਸੈਮੀ ਪਾਕਿਸਤਾਨ ਵਿੱਚ ਹੈ ਬਾਕੀ ਜਿਹੜਾ ਹੈ ਮਹੱਲਾ ਕੋਈ ਰਹਿ ਗਏ ਸੋ ਨਿਕਲੀਆਂ ਮੋਟੀਆਂ ਮਤਲਬ ਤੁਸੀਂ ਤਾਂ ਸਭ ਕੁਝ ਕਰ ਸਕਦੇ ਹੋ ਸਭ ਕੁਝ ਕਰ ਸਕਦੇ ਹੋ ਠੀਕ ਹੈ ਅਤੇ ਜ਼ਾਹਿਰ ਆ ਵੀ ਉਹ ਕੰਟਰੀਬਿਊਸ਼ਨ ਜਿੰਨੀ ਕਿ ਉਹ ਕਰ ਸਕਦੇ ਨੇ ਉਹ ਤਾਂ ਕਰਨਗੇ ਮਗਰ ਮੇਨ ਤਾਂ ਜਿਹੜਾ ਵਾ ਉਹ ਐਥਲੀ ਕੰਟਰੀਬਿਊਸ਼ਨ ਹੋਣੀ ਹੈ ਅਤੇ ਜਿਹੜਾ ਤਾਂ ਮਤਲਬ ਰਫਲੀ ਤੁਸੀਂ ਹਿਸਾਬ ਕਰੋ ਨਾ ਅਗਰ ਤਾਂ ਉਹ ਤਕਰੀਬਨ ਜਿਸ ਤਰ੍ਹਾਂ ਸਾਡੀ ਖਿਆਲ ਆ ਮਜ਼ਾ ਬਣਾਉਣੇ ਦਾ ਚੀਜ਼ਾਂ ਉਹ ਤਕਰੀਬਨ 50-60 ਹਜ਼ਾਰ ਪਾਉਂਡ ਜਿਹੜਾ ਨਾ ਉਹ ਚਾਹੀਦਾ ਠੀਕ ਹੈ ਮਗਰ ਇਹ ਹੈ ਵੀ ਸਾਨੂੰ ਇੱਕ ਦਮ ਨਹੀਂ ਚਾਹੀਦਾ ਕਮ ਅਜ਼ ਕਮ ਇਹ ਹੈ ਵੀ ਨਾਲ ਇਤਨਾ ਕੀ ਹੋਵੇ ਅਸੀਂ ਜਿਹੜਾ ਢਾਂਚਾ ਜਿਹਾ ਘਟਾ ਦਈਏ ਲੰਟਰ ਸ਼ੰਟਰ ਪੈ ਜਾਂਦੇ ਨੇ ਅਤੇ ਮਸੇ ਵਗੈਰਾ ਇਸਤੇਮਾਲ ਵਿੱਚ ਸ਼ੁਰੂ ਹੋ ਜਾਂਦੀ ਹੈ ਅਤੇ ਬਾਕੀ ਇਹ ਕੰਮ ਆਸਤਾ ਆਸਤਾ ਤੁਹਾਨੂੰ ਪਤਾ ਹੀ ਹੈ ਜਿੱਥੇ ਵੀ ਇੱਕਦਮ 100% ਏ ਟੂ ਜ਼ੈਡ ਤੱਕ ਖਤਮ ਨਹੀਂ ਹੁੰਦੇ ਘੱਟੋ ਘੱਟ ਮਗਰ ਇਹ ਹੈ ਵੀ ਮੇਰੇ ਨਾਲ ਗੱਲ ਕੀਤੀ ਸੀ ਮੈਂ ਕਿਹਾ ਵੀ ਇੱਦਾਂ ਕੋਈ ਸ਼ੱਕ ਦੀ ਜ਼ਰੂਰਤ ਤਾਂ ਹੈ ਅਤੇ ਮੈਂ ਫਿਰ ਸੋਚਿਆ ਮੈਂ ਕਿਹਾ ਵੀ ਇੱਧਰ ਅਸੀਂ ਜਿਹੜੇ ਹੁਣ ਇੱਥੇ ਆਏ ਹਾਂ ਨਾ ਅਗਰ ਇਸ ਟਾਈਮ ਵਿੱਚ ਨਾ ਬਣੀ ਨਾ ਤਾਂ ਮੁੜ ਕੇ ਇਹ ਨਾਮੁਮਕਿਨ ਹੋ ਜਾਣੀ ਨਾ ਇੱਥੋਂ ਕਿਸੇ ਦੇਣਾ ਪੈਸਾ ਹਾਂ ਅਤੇ ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਹੁਣ ਜਦੋਂ ਅਸੀਂ ਆਪਣੀ ਮਸਜਿਦ ਸ਼ੁਰੂ ਕੀਤੀ ਸੀ ਸਾਡੇ ਕੋਲ ਪੈਸੇ ਕਿਤਨੇ ਕੀ ਸੀ ਹੈ ਜੀ ਮਗਰ ਇਹ ਆ ਵੀ ਦਿਨ ਬ ਦਿਨ ਟਾਈਮ ਦੇ ਨਾਲ ਨਾਲ ਚੀਜ਼ਾਂ ਕੰਪਲੀਟ ਹੋ ਜਾਂਦੀਆਂ ਬੰਦੇ ਦਿੰਦੇ ਨੇ ਮਤਲਬ ਇੰਨਾ ਚੀਜ਼ਾਂ ਵਾਸਤੇ ਕੋਈ ਮਸਲਾ ਨਹੀਂ ਟਾਈਮ ਸਕੇਲ ਨਾ ਤਾਂ ਨਹੀਂ ਟਾਈਮ ਸਕੇਲ ਤੁਸੀਂ ਨਹੀਂ ਰੱਖ ਸਕਦੇ ਮਗਰ ਕਮ ਅਜ਼ ਕਮ ਇਹ ਹੈ ਵੀ ਚਲੋ ਮੈਂ ਹੁਣ ਪਾਕਿਸਤਾਨ ਜਾਣਾ ਨਾ ਅਤੇ ਨਕਸ਼ਾ ਵਗੈਰਾ ਬਣਾ ਕੇ ਅਤੇ ਐਸਟੀਮੇਟ ਨਾ ਤਾਂ ਸਰ ਰੱਖ ਲਈ ਤੁਸੀਂ ਇੱਦਾਂ ਕੀ ਕਰ ਟਾਈਮ ਸਕੇਲ ਦਾ ਤੁਸੀਂ ਤਾਂ ਰੱਖੋ ਨਾ ਵੀ ਅਗਰ ਤੁਹਾਡੇ ਕੋਲ ਸਾਰਾ ਪੈਸਾ ਮੌਜੂਦ ਹੋਵੇ ਤਾਂ ਠੀਕ ਹੈ ਹੁਣ ਕਰੋ ਅਸੀਂ ਹੁਣ ਮਤਲਬ 25-30 ਹਜ਼ਾਰ ਪਾਉਂਡ ਇਕੱਠਾ ਕਰ ਲੈਂਦੇ ਹਾਂ ਜਿਹਦੇ ਵਿੱਚ ਸਾਡਾ ਢਾਂਚਾ ਖਲੋ ਗਿਆ ਸੀ ਠੀਕ ਹੈ ਮੋਲਗੀ ਰਿਆਇਸ਼ ਵੀ ਥੋੜ੍ਹੀ ਮੁੱਚ ਰਹਿਣ ਦੇ ਕਾਬਲ ਹੋ ਗਿਆ ਸੀ ਅਤੇ ਮਸਜਿਦ ਦੀ ਇਸਤੇਮਾਲ ਸ਼ੁਰੂ ਹੋ ਜਾਂਦੀ ਹੈ ਬਾਕੀ ਇਹ ਹੈ ਵੀ ਪਲਸਤਰ ਹੋ ਗਏ ਉਸ ਤੋਂ ਬਾਅਦ ਇਹ ਸਭ ਇਹ ਚੀਜ਼ਾਂ ਤਾਂ ਫਿਰ ਟਾਈਮ ਲੱਗਦਾ ਨਾ ਮਤਲਬ ਮਗਰ ਇਹ ਹੈ ਵੀ ਕਮ ਅਜ਼ ਕਮ ਜਿਸ ਤਰ੍ਹਾਂ ਅਸੀਂ ਇੱਥੇ ਕੀਤਾ ਸੀ ਜਿੱਥੇ ਅਸੀਂ ਢਾਂਚੇ ਹੀ ਖਿਲਾਇਆ ਸੀ ਨਾ ਇਸਤੇਮਾਲ ਸ਼ੁਰੂ ਕਰ ਦਿੱਤੀ ਸੀ ਤਾਂ ਸਭ ਤੋਂ ਬਿਹਤਰ ਤਰੀਕਾ ਇਹੀ ਹੁੰਦਾ ਤੁਸੀਂ ਅਗਰ ਆਖੋ ਵੀ ਏ ਟੂ ਜ਼ੈਡ ਤੁਸੀਂ ਤਾਂ ਖਤਮ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਫਾਈਨੈਂਸ਼ਲੀ ਹਰ ਚੀਜ਼ ਮੌਜੂਦ ਹੋਵੇ ਮਗਰ ਇਹਨਾਂ ਕੰਮਾਂ ਦੇ ਵਿੱਚ ਦੇਰ ਥੋੜ੍ਹੀ ਲੱਗ ਜਾਂਦੀ ਆ ਮਗਰ ਇਹ ਹੈ ਵੀ ਕੰਮ ਹੋ ਜਾਂਦੇ ਦਿੰਦੇ ਦਿੰਦੇ ਸੋ ਬਾਕੀ ਮੈਂ ਉਹਨਾਂ ਨੂੰ ਆਖਿਆ ਸੀ ਮੈਂ ਜੀ ਚਲੋ ਉੱਥੇ ਜਾ ਕੇ ਕੰਟਰੀਬਿਊਸ਼ਨ ਤਾਂ ਇੱਥੇ ਜ਼ਿਆਦਾ ਹੋ ਗਈ ਜ਼ਾਹਿਰ ਇਹ ਵੀ ਹੁਣ ਤੁਸੀਂ ਦੇਖ ਲਓ